ਦੋਸਤੋ ਹਾਜ਼ਰ ਹੈ ਇੱਕ ਹੋਰ ਵੀਡੀਓ ਰਿਪੋਰਟ ਲੈ ਕੇ ਚੈਨਲ ਦੇ ਤੇਜ ਲਖੀ ਅਨਪਲੱਗਡ ਉਤੇ ਮੇਰੀ ਚਾਰ ਪਾਰਟੀ ਸਪੈਸ਼ਲ ਸੀਰੀਜ਼ ਦਾ ਚੌਥਾ ਪਾਰਟ ਮੈਂ ਇੱਕ ਦਿਨ ਲਈ ਪੋਸਟਪੋਨ ਕਰ ਰਹੇ ਹਾਂ ਇਸ ਚੌਥੇ ਹਿੱਸੇ ਦੇ ਵਿੱਚ ਮੈਂ ਸ਼ਗਨਪਰੀ ਦੀ ਭੂਮਿਕਾ ਉਤੇ ਚਾਨਣਾ ਪਾਉਣਾ ਹੈ ਸੋ ਇਸ ਰਿਪੋਰਟ ਨੂੰ ਮੈਂ ਕੱਲ ਪੇਸ਼ ਕਰਾਂਗਾ ਤੇ ਅੱਜ ਮੈਨੂੰ ਥੋੜਾ ਜਿਹਾ ਬਦਲਾਅ ਕਰਨਾ ਪਿਆ ਹਾਲਾਂਕਿ ਮੈਂ ਸੰਗਰੂਰ ਜ਼ਿਮਨੀ ਚੋਣਾਂ ਯਾਨੀ ਕਿ ਬਾਇਲੈਕਸ਼ਨ ਦੇ ਨਤੀਜਿਆਂ ਉੱਤੇ ਅੱਜ ਗੱਲਬਾਤ ਕਰਨਾ ਚਾਹੁੰਦਾ ਸੀ ਲੇਕਿਨ ਉਸ ਤੋਂ ਵੀ ਮਹੱਤਵਪੂਰਨ ਗੱਲਬਾਤ ਜਿਸ ਉੱਤੇ ਕਿ ਮੈਂ ਅੱਜ ਦੀ ਇਸ ਰਿਪ ਉਨਾ ਦਾ ਉਹ ਗੀਤ SYL ਜਿਸ ਤੇ ਉੱਤੇ ਭਾਰਤ ਦੇ ਵਿੱਚ ਬੈਨ ਲਾਤਾ ਗਿਆ ਤੇ YouTube ਨੂੰ ਸ਼ਿਕਾਇਤ ਕੀਤੀ ਗਈ ਭਾਰਤ ਸਰਕਾਰ ਵੱਲੋਂ ਗਵਰਨਮੈਂਟ ਆਫ ਇੰਡੀਆ ਵੱਲੋਂ ਜਿਸ ਤੋਂ ਬਾਅਦ YouTube ਨੇ ਇਸ ਗੀਤ ਨੂੰ ਆਫੀਸ਼ੀਅਲ ਜਿਹੜਾ ਸਿੱਧੂ ਮੂਸੇਵਾਲਾ ਦਾ YouTube ਚੈਨਲ ਹੈ ਉਸ ਤੋਂ ਹਟਾਤਾ ਹੈ ਇਹ ਜਿਹੜੀ ਘਟਨਾ ਚੱਕਰ ਹੈ ਉਸ ਨੇ ਨਾ ਸਿਰਫ ਸਿੱਧੂ ਮੂਸੇਵਾਲਾ ਦੇ ਫੈਨਸ ਜੋ ਕਿ ਦੁਨੀਆ ਭਰ ਦੇ ਵਿੱਚ ਹੈਗੇ ਨੇ ਉਹਨਾਂ ਦੇ ਮਨਾਂ ਦੇ ਵਿੱਚ ਖਟਾਸ ਤੇ ਗੁੱਸਾ ਪੈਦਾ ਕੀਤੀ ਹੈ ਬਲਕਿ ਸਾਨੂੰ ਸਭ ਨੂੰ ਇੱਕ ਵਾਰ ਫੇਰ ਜਿਸ ਤਰੀਕੇ ਦੀ ਸੈਂਸਰਸ਼ਿਪ ਹੈ ਜਿਸ ਤਰੀਕੇ ਦੀ ਮੋਰਲ ਪੁਲਿਸਿੰਗ ਸਾਡੀਆਂ ਸਰਕਾਰਾਂ ਕਰਦੀਆਂ ਨੇ ਉਸ ਦੇ ਉੱਤੇ ਸੋਚਣ ਲਈ ਤੇ ਵਿਚਾਰ ਕਰਨ ਲਈ ਮਜਬੂਰ ਵੀ ਕੀਤਾ ਹੈ ਤੁਹਾਨੂੰ ਯਾਦ ਹੋਵੇਗਾ ਅੱਜ ਤੋਂ ਕੁਝ ਹਫ਼ਤੇ ਪਹਿਲਾਂ ਇਨਫੈਕਟ ਸਿੱਧੂ ਮੂਸੇਵਾਲਾ ਹੋਣਾ ਦੀ ਮੌਤ ਤੋਂ ਕੁਝ ਹਫ਼ਤੇ ਪਹਿਲਾਂ ਜਦੋਂ ਪੰਜਾਬ ਸਰਕਾਰ ਨੇ ਇੱਕ ਚਿੱਠੀ ਗਾਇਕਾਂ ਤੇ ਕਲਾਕਾਰਾਂ ਦੇ ਨਾਂ ਕੱਢੀ ਸੀ ਇੱਕ ਹਿਦਾਇਤ ਕੱਢੀ ਸੀ ਕਿ ਤੁਸੀਂ ਆਪਣੇ ਗੀਤਾਂ ਦੇ ਵਿੱਚ ਬੰਦੂਕਾਂ ਜਾਂ ਇਸ ਤਰੀਕੇ ਦੇ ਜਿਹੜੇ ਕਿਰਦਾਰ ਹੈਗੇ ਨੇ ਉਹਨਾਂ ਦੇ ਗਾਣੇ ਗਾਣੇ ਬੰਦ ਕਰੋ ਜਾਂ ਉਸ ਤਰੀਕੇ ਦਾ ਜਿਹੜਾ ਪੋਰਟਰੇਲ ਹੈ ਉਸ ਨੂੰ ਬੰਦ ਕਰੋ ਮੈਂ ਇੱਕ ਰਿਪੋਰਟ ਬਣਾਈ ਸੀ ਜਿਸ ਵਿੱਚ ਕਿ ਮੈਂ ਸਰਕਾਰ ਜਾਂ ਫਿਰ ਕਿਸੇ ਵੀ ਸੂਬੇ ਦੀ ਸਰਕਾਰ ਹੋਵੇ ਜਾਂ ਕੋਈ ਉੱਥੇ ਦੇ ਅਥਾਰਟੀ ਹੋਵੇ ਉਸ ਵੱਲੋਂ ਜਿਹੜੀ ਮੋਰਲ ਪੁਲਿਸਿੰਗ ਇਹ ਲੋਕ ਕਰਨ ਲੱਗ ਜਾਂਦੇ ਨੇ ਉਸ ਉੱਤੇ ਇਤਰਾਜ਼ ਚੁੱਕਿਆ ਸੀ ਮੈਂ ਇਹ ਵੀ ਕਿਹਾ ਸੀ ਕਿ ਕਲਾਕਾਰਾਂ ਤੇ ਆਰਟਿਸਟ ਨੂੰ ਤੁਸੀਂ ਇਹ ਡਿਕਟੇਟ ਨਾ ਕਰੋ ਕਿ ਉਹਨਾਂ ਨੇ ਕਿਹੜੇ ਗੀਤ ਗਾਣੇ ਨੇ ਕਿਹੜੀ ਫਿਲਮਾਂ ਬਣਾਉਣੀਆਂ ਨੇ ਕਿਹੜੇ ਉਹਨਾਂ ਦੇ ਸਬਜੈਕਟ ਨੇ ਕਿਹੜੇ ਉਹਨਾਂ ਦੇ ਥੀਮ ਨੇ ਕਿਉਂਕਿ ਮੇਰਾ ਇੱਕ ਬਹੁਤ ਹੀ ਇੱਕ ਡਿਫਾਈਨਡ 뷰 ਰਿਹਾ ਹੈ ਤੇ ਬਹੁਤ ਹੀ ਮੈਂ ਸੋਚ ਸਮਝ ਕੇ ਉਹ ਰਿਪੋਰਟ ਬਣਾਈ ਸੀ ਜਿਸ ਉੱਤੇ ਕੀ ਨੁਕਤਾਚੀਨੀ ਵੀ ਬਹੁਤ ਹੋਈ ਹਾਲਾਂਕਿ ਸਿੱਧੂ ਮੂਸੇਵਾਲਾ ਉਹਨਾਂ ਨੇ ਮੇਰੀ ਇਸ ਰਿਪੋਰਟ ਨੂੰ ਆਪਣੇ ਇੰਸਟਾ ਦੇ ਪੇਜ ਦੇ ਉੱਤੇ ਸ਼ੇਅਰ ਕੀਤਾ ਸੀ ਤੇ ਬਾਅਦ ਦੇ ਵਿੱਚ ਮੈਨੂੰ ਜੋ ਪਤਾ ਲੱਗਾ ਉਹਨਾਂ ਨੇ ਕੁਝ ਇੰਟਰਵਿਊਜ਼ ਜੋ ਕਿ ਹੋਰ ਵੈਬ ਚੈਨਲਸ ਨੂੰ ਦਿੱਤੀਆਂ ਗਈਆਂ ਜੋ ਕਿ ਸ਼ਾਇਦ ਉਹਨਾਂ ਦੀ ਆਖਰੀ ਕੁਝ ਇੰਟਰਵਿਊਜ਼ ਸਨ ਉਹਨਾਂ ਦੇ ਵਿੱਚ ਮੇਰੇ ਬਾਰੇ ਜਾਂ ਉਸ ਰਿਪੋਰਟ ਬਾਰੇ ਜ਼ਿਕਰ ਕੀਤਾ ਸੀ ਕਿਉਂਕਿ ਜਿਹੜਾ ਮੇਰਾ ਥਿਊ ਸੀ ਉਸ ਚੀਜ਼ ਨੂੰ ਕਾਫੀ ਹੱਦ ਤੱਕ ਨਸਿਰ ਮੂਸੇਵਾਲਾ ਐਂਡੋਰਸ ਵੀ ਕਰ ਗਏ ਉਹਨਾਂ ਗੱਲਾਂ ਬਾਤਾਂ ਦੇ ਵਿੱਚ ਲੇਕਿਨ ਮੈਂ ਇਸ ਮੁੱਦੇ ਉੱਤੇ ਬੜਾ ਕਲੀਅਰ ਹੈ ਕਿ ਮੇਰਾ ਪਰਪਸ ਉਸ ਰਿਪੋਰਟ ਨੂੰ ਬਣਾਉਣ ਦਾ ਸਿਰਫ ਇਹੀ ਸੀ ਵੀ ਅਸੀਂ ਪੰਜਾਬ ਦੇ ਕਲਾਕਾਰ ਆਰਟਿਸਟ ਤੇ ਇੰਡਸਟਰੀ ਨੂੰ ਡਿਸਕਰੇਜ ਨਾ ਕਰੀਏ ਡੀਮੋਰਲਾਈਜ਼ ਨਾ ਕਰੀਏ এমਪਲੋਇਮੈਂਟ ਜਨਰੇਟ ਕਰਨ ਵਾਲੀ ਇਨਕਮ ਜਨਰੇਟ ਕਰਨ ਵਾਲੀ ਖੁਦ ਜਿਹਨੇ ਕਹਿੰਦੇ ਨੇ ਸਵੈ এমਪਲੋਇਮੈਂਟ ਰੋਜ਼ਗਾਰ ਮੁਹੱਈਆ ਕਰਾਉਣ ਵਾਲੀ ਇਸ ਇੰਡਸਟਰੀ ਨੂੰ ਜੇ ਆਪਾਂ ਇਸ ਤਰੀਕੇ ਦੀ ਨੁਕਤਾਚੀਨੀ ਕਰਕੇ ਉਹਨਾਂ ਦੇ ਕ੍ਰੀਏਟਿਵ ਐਕਸਪ੍ਰੈਸ਼ਨ ਉਹਨਾਂ ਦੇ ਥੀਮ ਉਹਨਾਂ ਦੇ ਸਬਜੈਕਟ ਉਹਨਾਂ ਦੇ ਕਿਰਦਾਰਾਂ ਦੇ ਉੱਤੇ ਉਂਗਲ ਚੁੱਕੇ ਇਹ ਗੱਲਬਾਤ ਹੀ ਉਹਨਾਂ ਤੇ ਰੋਕਾਂ ਲਾਵਾਂਗੇ ਤਾਂ ਸ਼ਾਇਦ ਇਹ ਚੀਜ਼ ਲੌਂਗ ਟਰਮ ਦੇ ਵਿੱਚ ਨੁਕਸਾਨ ਦਾ ਇੱਕ ਸੌਦਾ ਸਾਬਤ ਹੋਏਗੀ ਲੇਕਿਨ ਅੱਜ ਜਿਹੜੀ ਘਟਨਾ ਹੋਈ ਹੈ ਯਾਨੀ ਕਿ ਕਿਸੇ ਤੋਂ ਮੂਸੇਵਾਲਾ ਹੋਣਾ ਦਾ ਆਪਣਾ ਗੀਤ ਉਹਨਾਂ ਦੀ ਮੌਤ ਤੋਂ ਬਾਅਦ ਦਾ ਪਹਿਲਾ ਗੀਤ ਉਸ ਨੂੰ YouTube ਤੋਂ ਇਸ ਤਰੀਕੇ ਨਾਲ ਸ਼ਿਕਾਇਤ ਤੋਂ ਬਾਅਦ ਹਟਾ ਦਿੱਤਾ ਜਾਣਾ ਇਸ ਦੀ ਕੁਝ ਫਾਲਟ ਲਾਈਨਸ ਨੂੰ ਵੀ ਮੈਂ ਐਕਸਪਲੋਰ ਕਰਾਂਗਾ ਕਿਉਂਕਿ ਮੈਂ S Y L ਗੀਤ ਉੱਤੇ ਬਹੁਤ ਲੋਕਾਂ ਦੀ ਐਕਸਪੈਕਟੇਸ਼ਨ ਵੀ ਸੀ ਕਿ ਮੈਂ ਉਸ ਉੱਤੇ ਇੱਕ ਵੀਡੀਓ ਬਣਾਵਾਂਗਾ ਜੋੰਦਾ ਦੇ ਵਿੱਚ ਕੀ ਐਸਵਾਈਐਲ ਗੀਤ ਉੱਤੇ ਮੈਂ ਇੱਕ ਇਲੈਬੋਰੇਟ ਕਰਕੇ ਰਿਪੋਰਟ ਬਣਾਵਾ ਕਿਉਂਕਿ ਮੈਂ ਇਸ ਗੀਤ ਦੇ ਕੁਝ ਹਿੱਸੇ ਦੇ ਨਾਲ ਇਤਿਫਾਕ ਨਹੀਂ ਸੀ ਰੱਖਦਾ ਮੇਰੇ ਹਿਸਾਬ ਨਾਲ ਇਸ ਗੀਤ ਦੇ ਵਿੱਚ ਕਿਉਂਕਿ ਇਹ ਕੋਈ ਅਜੇਹੀ ਗੱਲਬਾਤ ਨਹੀਂ ਸੀ ਕਿ ਫਿਕਸ਼ਨਲਾਈਜ਼ ਕਰਕੇ ਚੀਜ਼ ਨੂੰ ਦਰਸਾਇਆ ਗਿਆ ਹੈ ਬਲਕਿ ਅਸਲ ਜ਼ਿੰਦਗੀ ਦੇ ਵਿੱਚ ਆਧਾਰਿਤ ਕੁਝ ਬਹੁਤ ਹੀ ਗੰਭੀਰ ਸੰਜੀਦਾ ਤੇ ਖੂਨੀ ਘਟਨਾਵਾਂ ਦਾ ਜ਼ਿਕਰ ਕਰਕੇ ਬਹੁਤ ਅਜਿਹੇ ਕਿਰਦਾਰਾਂ ਬਾਰੇ ਇਸ ਗੀਤ ਦੇ ਵਿੱਚ ਗੱਲ ਕੀਤੀ ਗਈ ਸੀ ਜਿਨ੍ਹਾਂ ਦੇ ਵਿੱਚ ਕੁਝ ਫੈਕਚੁਅਲ ਅਕਾਊਂਟ ਤੇ کہانی ਦਾ ਦੂਜਾ ਪੱਖ ਵੀ ਰੱਖਣ ਦੀ ਲੋੜ ਸੀ ਹਾਲਾਂਕਿ ਕਲਾਕਾਰਾਂ ਉੱਤੇ ਇਸ ਤਰੀਕੇ ਦੀਆਂ پابندियां ਜਾਂ ਅੰਕੁਸ਼ ਨਹੀਂ ਲੱਗਣੇ ਚਾਹੀਦੇ ਕਿ ਕਿਹਨੂੰ ਦਿਖਾਣਾ ਹੈ ਕਿਹਨੂੰ ਨਹੀਂ ਦਿਖਾਣਾ ਸੋ ਮੈਂ ਤਾਂ ਇਹ ਮੰਨਦਾ ਹੈ ਕਿ ਜੇ ਲੋਕਾਂ ਨੇ ਰਿਜੈਕਟ ਕਿਸੇ ਕਲਾਕਾਰ ਨੂੰ ਕਰਨਾ ਹੀ ਹੈ ਤਾਂ ਉਹ ਉਸਦੇ ਕ੍ਰੀਏਟਿਵ ਐਕਸਪ੍ਰੈਸ਼ਨ ਉਸਨੇ ਜੋ ਵੀ ਕੰਪੋਜੀਸ਼ਨ ਕੀਤੀ ਹੈ ਜਿਹੜਾ ਗਾਣਾ ਲਿਖਿਆ ਗੀਤ ਬਣਾਇਆ ਫਿਲਮ ਬਣਾਈ ਹੈ ਉਸ ਨੂੰ ਦੇਖ ਕੇ ਉਸ ਨੂੰ ਰਿਜੈਕਟ ਕਰ ਸਕਦੇ ਨੇ ਤੇ ਉਹ ਐਸਵਾਈਐਲ ਗੀਤ ਨੂੰ ਲੈ ਕੇ ਮੇਰੇ ਮਨ ਦੇ ਵਿੱਚ ਵੀ ਕੁਝ ਗੱਲਾਂ ਬਾਤਾਂ ਸੀ ਜੋ ਕਿ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਸੀ ਤੇ ਅੱਜ ਕਰਾਂਗਾ ਵੀ ਲੇਕਿਨ ਮੈਂ ਆਊਟ ਐਂਡ ਆਊਟ ਇਸ ਭਾਰਤ ਸਰਕਾਰ ਵੱਲੋਂ YouTube ਨੂੰ ਸ਼ਿਕਾਇਤ ਕਰਕੇ ਇੱਕ ਗਾਣੇ ਨੂੰ ਇੱਕ ਗੀਤ ਨੂੰ ਸਿੱਧੂ ਮੂਸੇਵਾਲਾ ਦੇ ਗੀਤ ਨੂੰ YouTube ਤੋਂ ਇਸ ਤਰੀਕੇ ਨਾਲ ਹਟਾਏ ਜਾਣ ਨੂੰ ਇੱਕ ਗਲਤ ਕਾਰਵਾਈ ਮੰਨਦਾ ਹੈ ਇਹ ਨਹੀਂ ਹੋਣਾ ਚਾਹੀਦਾ ਸੀ ਫॉर द ਸ਼ੇਅਰ ਫੈਕਟ ਕਿ ਕਿਸੇ ਵੀ ਕਲਾਕਾਰ ਦੇ ਕੰਮ ਕਾਜ ਤੇ ਉੱਤੇ ਸਾਨੂੰ ਪਾਬੰਦੀ ਲਾਉਣ ਦਾ ਹੱਕ ਨਹੀਂ ਹੈ ਲੋਗ ਉਸਨੂੰ ਰਿਜੈਕਟ ਕਰਨ ਜੇ ਲੋਕਾਂ ਨੂੰ ਪਸੰਦ ਨਹੀਂ ਆ ਰਿਹਾ ਭਾਰਤ ਦੇ ਲੋਕਾਂ ਨੂੰ ਪਸੰਦ ਨਹੀਂ ਆ ਰਿਹਾ ਪੰਜਾਬ ਦੇ ਲੋਕਾਂ ਨੂੰ ਪਸੰਦ ਨਹੀਂ ਆ ਰਿਹਾ ਤਾਂ ਉਹ ਲੋਕ ਉਸਨੂੰ ਰਿਜੈਕਟ ਕਰਨ ਮੈਂ ਇਹ ਵੀ ਚੀਜ਼ ਜਾਣਨ ਦੇ ਵਿੱਚ ਇੰਟਰਸਟਿਡ ਹਾਂ ਕਿ ਬਹੁਤ ਸੇ ਲੋਕ ਸ਼ਾਇਦ ਇਹ ਮੰਨਦੇ ਹੋਣਗੇ ਕਿ ਸਿੱਧੂ ਮੂਸੇਵਾਲਾ ਦਾ ਆਖਰੀ ਗੀਤ ਸੀ ਇੱਕ ਸਹਾਨੂੰਬੂਤੀ ਜਾਂ ਫਿਰ ਇੱਕ ਤਰਸ ਦੇ ਆਧਾਰ ਉੱਤੇ ਇਸ ਗੀਤ ਨੂੰ YouTube ਦੇ ਉੱਤੇ ਚੱਲਣ ਦੇਣ ਦੀ ਲੋੜ ਨਹੀਂ ਸੀ ਬਲਕਿ ਇਸ ਗੀਤ ਨੂੰ ਜਾਂ ਕਿਸੇ ਵੀ ਗੀਤ ਨੂੰ ਫੋਰ ਦਟ ਮੈਟਰ ਕਿਸੇ ਵੀ ਆਰਟਿਸਟ ਦੇ ਕਿਸੇ ਵੀ ਐਕਸਪ੍ਰੈਸ਼ਨ ਨੂੰ YouTube ਦੇ ਉੱਤੇ ਚੱਲਣ ਦੇਣ ਦੀ ਖੁੱਲ ਇਸ ਵਾਸਤੇ ਹੋਣੀ ਚਾਹੀਦੀ ਹੈ ਕਿਉਂਕਿ ਅਲਟੀਮੇਟਲੀ ਪਬਲਿਕ ਡਿਸਾਈਡ ਕਰੇ ਲੋਕ ਤੈਕਰਨ ਕਿ ਕੀ ਸਹੀ ਹੈ ਕੀ ਗਲਤ ਹੈ ਤੇ ਜੇ ਲੋਕ ਉਸ ਚੀਜ਼ ਨੂੰ ਰਿਪੋਰਟ ਕਰਦੇ ਨੇ ਜਾਂ ਲੱਗਦਾ ਉਸ ਚੀਜ਼ ਨਾਲ ਦੰਗਾ ਫਸਾਦ ਕੋਈ ਅਜਿਹੇ ਹਾਲਾਤ ਬਣ ਸਕਦੇ ਨੇ ਫਿਰ ਤਾਂ ਸਰਕਾਰਾਂ ਕੋਲ ਲੈਣ ਲੇਕਿਨ ਜੇ ਇੱਕ ਸੋਵਰਨਿਟੀ ਸ਼ਬਦ ਦਾ ਜ਼ਿਕਰ ਕਰਨ ਤੋਂ ਹੀ ਸਰਕਾਰਾਂ ਨੂੰ ਤਕਲੀਫ ਹੋ ਜਾਏ SYL ਦਾ ਪਾਣੀ ਪੰਜਾਬ ਦੇ ਵਿੱਚੋਂ ਬਾਹਰ ਨਾ ਜਾਏ ਹਰਿਆਣਾ ਨੂੰ ਉਸ ਨਹਿਰ ਦੇ ਬਣਨ ਨਾਲ ਜਿਹੜਾ ਪਾਣੀ ਜਾਣਾ ਹੈ ਉਸ ਉੱਤੇ ਪੰਜਾਬ ਦੀ ਸਾਰੀ ਸਿਆਸੀ ਧਿਰਾਂ ਦਾ ਪੋਲਿਟਿਕਲ ਸਟੈਂਡ ਕਲੀਅਰ ਹੈ ਵਿਧਾਨ ਸਭਾ ਦੇ ਵਿੱਚ ਮਤੇ ਪੈ ਚੁੱਕੇ ਨੇ 올 ਪਾਰਟੀ ਮੀਟਿੰਗਾਂ ਦੇ ਵਿੱਚ ਹਰ ਇੱਕ ਪਾਰਟੀ ਤੇ ਪੰਜਾਬ ਦੇ ਜਿੰਨੇ ਵੀ ਚੁਣੇ ਹੋਏ ਨੁਮਾਇੰਦੇ ਨੇ ਇਸ ਚੀਜ਼ ਉੱਤੇ ਹਾਮੀ ਭਰਦੇ ਨੇ ਜੋ ਸਿੱਧੂ ਮੂਸੇਵਾਲਾ ਨੇ ਆਪਣੇ ਗੀਤ ਵਿੱਚ ਲਿਖਿਆ ਤੇ ਗਾਇਆ ਸੋ ਭਾਰਤ ਸਰਕਾਰ ਨੂੰ ਇਤਰਾਜ਼ ਕਿਸ ਗੱਲ ਤੋਂ ਹੈ ਅੱਜ ਮੈਂ ਇਸ ਚੀਜ਼ ਨੂੰ ਤੁਹਾਡੇ ਸਾਹਮਣੇ ਥੋੜਾ ਜਿਹਾ ਖੋਲਣ ਦੀ ਕੋਸ਼ਿਸ਼ ਕਰਾਂਗਾ ਸੋ ਮੇਰੇ ਹਿਸਾਬ ਨਾਲ ਨਾਤਾ ਐਸਵਾਈਐਲ ਦੇ ਉੱਤੇ ਗੀਤ ਆਧਾਰਿਤ ਹੈ ਇਸ ਵਾਸਤੇ ਭਾਰਤ ਸਰਕਾਰ ਨੇ ਇਤਰਾਜ਼ ਕੀਤਾ ਹੈ ਜਾਂ ਇਸ ਦੀ ਸ਼ਿਕਾਇਤ ਕੀਤੀ ਹੈ YouTube ਨੂੰ ਤੇ ਨਾ ਹੀ ਸ਼ਾਇਦ ਜਿਹੜਾ ਸੋਵਰਨਿਟੀ ਦਾ ਸ਼ਬਦ ਵਰਤਿਆ ਗਿਆ ਹੈ ਹੁਣ ਜੇ ਸੋਵਰਨਿਟੀ ਨੂੰ ਭਾਰਤ ਸਰਕਾਰ ਸੈਪਰੇਟਿਸਟ ਜਾਂ ਫਿਰ ਵੱਖਵਾਦੀ ਸੋਚ ਮੰਨਦੀ ਹੈ ਤਾਂ ਫਿਰ ਇਹ ਉਹਨਾਂ ਦੀ ਗਲਤਫਹਿਮੀ ਹੋ ਸਕਦੀ ਹੈ ਲੇਕਿਨ ਸੋਵਰਨਿਟੀ ਦਾ ਜੋ ਮੈਨੂੰ ਸੰਦਰਭ ਸਿੱਧੂ ਮੂਸੇਵਾਲਾ ਦੇ ਇਸ ਗੀਤ ਦੇ ਵਿੱਚ ਸਮਝ ਆਇਆ ਹੈ ਉਹ ਹੈ ਉਹ ਫੈਡਰਲ ਟਾਂਚਾ ਯਾਨੀ ਕਿ ਫੈਡਰਲਿਜ਼ਮ ਅਸਲ ਫੈਡਰਲਿਜ਼ਮ ਜਿਸ ਤਹਿਤ ਹੀ 1947 ਤੋਂ ਬਾਅਦ 1950 ਦੇ ਵਿੱਚ ਜਦੋਂ ਭਾਰਤ ਦਾ ਸੰਘ ਬਣਿਆ ਯਾਨੀ ਕਿ ਯੂਨੀਅਨ ਆਫ ਸਟੇਟਸ ਭਾਰਤ ਬਣਿਆ ਹੈ ਅਲੱਗ-ਅਲੱਗ ਰਾਜਾਂ ਨੂੰ ਸੂਬਿਆਂ ਨੂੰ ਪ੍ਰਿੰਸਲੀ ਸਟੇਟਸ ਨੂੰ ਰੜਾ ਕੇ ਇਕੱਠਾ ਇੱਕ ਯੂਨੀਅਨ ਸਟੇਟ ਬਣਾਇਆ ਗਿਆ ਭਾਰਤ ਸੰਘ ਦੇ ਬਣਨ ਤੋਂ ਬਾਅਦ ਜਿਹੜੇ ਸੂਬੇ ਯਾਨੀ ਕਿ ਯੂਨੀਅਨ ਆਫ ਸਟੇਟਸ ਭਾਰਤ ਬਣਿਆ ਸੀ ਉਹ ਸਾਰੇ ਦੇ ਸਾਰੇ ਸੂਬਿਆਂ ਨੂੰ ਇੱਕ ਫੈਡਰਲ ਟਰਾਂਚੇ ਦੇ ਤਹਿਤ ਆਟੋਨੋਮੀ ਦਿੱਤੀ ਜਾਣੀ ਸੀ ਸੋ ਮੈਨੂੰ ਲੱਗਦਾ ਸਿੱਧੂ ਮੂਸੇਵਾਲਾ ਨੇ ਜੇ ਸ਼ਬਦ ਵਰਤੇ ਸੋਵਰਨਟੀ ਦਾ ਇਸ ਉੱਤੇ ਕੇਂਦਰ ਸਰਕਾਰ ਦੇ ਕੁਝ ਇਤਰਾਜ਼ ਹੋ ਸਕਦੇ ਨੇ ਲੇਕਿਨ ਮੈਂ ਮੰਨਦਾ ਕਿ ਬਿਹਤਰ ਹੁੰਦਾ ਕਿ ਜੇ ਉਹ ਆਟੋਨੋਮੀ ਦਾ ਸ਼ਬਦ ਵਰਤਦੇ ਆਟੋਨੋਮੀ ਦਾ ਵੀ ਮੋਟਾ-ਮੋਟਾ ਮਤਲਬ ਤਾਂ ਉਹੀ ਹੁੰਦਾ ਕਿਉਂਕਿ ਇਹੀ ਸਪਿਰਿਟ ਸੀ ਬਹੁਤ ਸੇ ਲੋਕ ਮਾਸਟਰ ਤਾਰਾ ਸਿੰਘ ਤੋਂ ਲੈ ਕੇ ਜਿੰਨੇ ਵੀ ਹੋਰ ਲੋਕ ਬਾਅਦ ਦੇ ਵਿੱਚ ਪੰਜਾਬੀ ਸੂਬਾ ਜਿਹੜੀ ਪੂਰੀ ਮੂਵਮੈਂਟ 1947 ਤੋਂ ਲੈ ਕੇ 1966 ਤੱਕ ਧਰੀ ਉਹਦਾ ਜਿਹੜਾ ਪੀਕ ਤੇ ਕਲਾਈਮੈਕਸ ਸੀ ਬੇਸ਼ੱਕ ਪੰਜਾਬ ਇੱਕ ਅਲੱਗ ਸੂਬਾ ਬਣ ਗਿਆ ਜੋ ਕਿ ਵੱਡਾ ਸੂਬਾ ਨਾ ਹੋ ਕੇ ਛੋਟੀ ਜਿਹੀ ਸੂਬੇ ਰਹਿ ਗਿਆ ਲੇਕਿਨ ਫੈਕਟ ਤੇ ਹੀ ਸੀ ਵੀ ਉਹ ਜਿਹੜੀਆਂ ਕਦਰਾਂ ਕੀਮਤਾਂ ਸੀ ਸੰਗੀ ਢਾਂਚੇ ਦੀਆਂ ਜਿਸ ਦੇ ਵਿੱਚ ਜਿਸ ਤੋਂ ਉੱਭਰਿਆ ਸੀ ਅਨੰਦਪੁਰ ਸਾਹਿਬ ਦਾ ਮਤਾ ਬਾਅਦ ਦੇ ਵਿੱਚ ਉਸੇ ਅਨੰਦਪੁਰ ਸਾਹਿਬ ਦੇ ਬਤੇ ਨੂੰ ਲੈ ਕੇ ਧਰਮਯੁੱਧ ਮੋਰਚਾ ਇੱਕ ਖੂਨੀ ਕਲਾਈਮੈਕਸ ਦੇ ਵਿੱਚ ਆਪਰੇਸ਼ਨ ਬਲੂ ਸਟਾਰ ਸਾਕਾ ਨੀਲਾ ਤਾਰਾ ਦੇ ਵਿੱਚ ਤਬਦੀਲ ਹੋ ਜਾਂਦਾ ਹੈ ਲੇਕਿਨ ਮੰਗਾ ਤਾਂ ਕੀ ਸੰ ਮੰਗਾ ਉਹੀ ਸੰ ਫੈਡਰਲ ਆਟੋਨਮੀ ਸਾਨੂੰ ਸੂਬਿਆਂ ਨੂੰ ਅਖਤਿਆਰ ਦਿੱਤੇ ਜਾਣ ਡਿਫੈਂਸ ਕਰੰਸੀ ਟੈਲੀਕਮਿਊਨੀਕੇਸ਼ਨ ਜਾਂ ਇਨਫੋਰਮੇਸ਼ਨ ਇਸ ਤਰੀਕੇ ਦੇ ਕੁਝ ਸੈਂਸਿਟਿਵ ਯਾ ਬਾਡਰ ਸਕਿਉਰਿਟੀ ਇਹ ਚੀਜ਼ਾਂ ਛੱਡ ਕੇ ਸਾਰੇ ਦੇ ਸਾਰੇ ਜਿਹੜੇ ਸਬਜੈਕਟਸ ਹੋਣੇ ਸੀ ਉਹ ਸੂਬਿਆਂ ਦੇ ਸਟੇਟਸ ਤੇ ਹੋਣੇ ਸੀ ਉਸ ਨੂੰ ਫੈਡਰਲ ਆਟੋਨਮੀ ਦੀ ਗੱਲ ਕੀਤੀ ਗਈ ਲੇਕਿਨ ਪਾਰਤ ਦੇ ਵਿੱਚ ਹੋਇਆ ਕਿ ਕਿ ਓਵਰ ਅ ਪੀਰੀਅਡ ਆਫ ਟਾਈਮ ਡੈਕੇਡਸ ਦੇ ਵਿੱਚ ਉਹ ਸਾਰੇ ਦੀ ਸਾਰੀ ਆਟੋਨਮੀ ਸੂਬਿਆਂ ਤੋਂ ਤੇ ਸਾਰੇ ਸੂਬਿਆਂ ਤੋਂ ਪਹਿਲਾਂ ਪੰਜਾਬ ਨਹੀਂ ਸਾਰੇ ਸੂਬਿਆਂ ਤੋਂ ਖੁੱਸ ਕੇ ਕੇਂਦਰ ਨੇ ਆਪਣੇ ਕੋਲ ਤਾਕਤਾਂ ਨੂੰ ਹੋਰ ਸੈਂਟਰਲਾਈਜ਼ ਕਰ ਲਿਆ ਆਪਣੇ ਕੋਲ ਰੱਖ ਲਿਆ ਕਨਸੈਂਟਰੇਟ ਕਰ ਲਿਆ ਤੇ ਉਹਦਾ ਅਖੀਰੀ ਜਿਹੜਾ ਸਭ ਤੋਂ ਵੱਡਾ ਨਮੂਨਾ ਸੀ ਉਹ 2016 17 ਦੇ ਵਿੱਚ ਵੇਖਣ ਨੂੰ ਮਿਲਿਆ ਜਦੋਂ ਜੀਐਸਟੀ ਰਜਿਮ ਲੱਗਿਆ ਯਾਨੀ ਕਿ ਟੈਕਸ ਵੀ ਜਿਹੜਾ ਹੈ ਉਹ ਹੁਣ ਕੇਂਦਰ ਸਰਕਾਰ ਵਸੂਲਦੀ ਹੈ ਤੇ ਗ੍ਰਾਂਟਾਂ ਦੀ ਖਰਾਤ ਦੀ ਸ਼ਕਲ ਦੇ ਵਿੱਚ ਰਾਜਾਂ ਨੂੰ ਦਿੰਦੀ ਹੈ ਸੋ ਕਿਤੇ ਨਾ ਕਿਤੇ ਸੋਵਰਨਿਟੀ ਜਿਹੜਾ ਸ਼ਬਦ ਵਰਤਿਆ ਗਿਆ ਇਸ ਗੀਤ ਦੇ ਵਿੱਚ ਸ਼ਾਇਦ ਇਸ ਉੱਤੇ ਇਤਰਾਜ਼ ਰਿਹਾ ਹੋ ਸਕਦਾ ਹੈ ਉਦੀ ਜਗ੍ਹਾ ਜੇ ਆਟੋਨੋਮੀ ਹੁੰਦਾ ਤਾਂ ਸ਼ਾਇਦ ਮੈਨੂੰ ਲੱਗਦਾ ਇਵਨ ਉਹ ਜ਼ਿਆਦਾ ਇਸ ਭਾਰਤ ਦੇ ਸੰਦਰਭ ਦੇ ਵਿੱਚ ਹੈ ਜਿਸ ਤਰੀਕੇ ਦੀ ਜੋ ਸਪਿਰਿਟ ਦੇ ਵਿੱਚ ਗਾਣਾ ਗੀਤ ਗਾਇਆ ਗਿਆ ਸਿੱਧੂ ਮੂਸੇਵਾਲਾ ਦਾ ਉਸ ਦੇ ਵਿੱਚ ਆਟੋਨੋਮਿਕ ਜ਼ਿਆਦਾ ਟਕਮਾ ਸ਼ਬਦ ਮੇਰੀ ਆਪਣੀ ਵਿਅਕਤੀਗਤ ਰਾਏ ਹੈ ਕਿਉਂਕਿ ਚੈਨਲ ਵੀ ਮੇਰਾ ਹੀ ਰਿਤੇਸ਼ ਲਖੀਅੰਤ ਪਲੱਗ ਬਟ ਨੈਵਰtheless ਇਸ ਤੋਂ ਜਿਹੜੀ ਜ਼ਿਆਦਾ ਗੰਭੀਰ ਗੱਲ ਹੈ ਜੋ ਕਿ ਮੈਨੂੰ ਲੱਗਦਾ ਅਸਲ ਕਾਰਨ ਹੈ ਇਸ YouTube ਚੈਨਲ ਤੋਂ ਇਸ ਗਾਣੇ ਨੂੰ ਗੀਤ ਨੂੰ ਇਤਰਾਜ਼ ਤੋਂ ਸ਼ਿਕਾਇਤ ਤੋਂ ਬਾਅਦ ਹਟਾਏ ਜਾਣ ਦਾ ਉਹ ਹੈ ਬਲਵਿੰਦਰ ਸਿੰਘ ਜਟਾਣਾ ਦਾ ਜ਼ਿਕਰ ਹੁਣ ਇੱਥੇ ਇੱਕ ਅਜਿਹੀ ਫਾਲਟ ਲਾਈਨ ਨੂੰ ਸਿੱਧੂ ਮੂਸੇਵਾਲਾ ਆਪਣੇ ਗੀਤ ਦੇ ਵਿੱਚ ਟੱਚ ਕਰ ਜਾਂਦੇ ਨੇ ਜੋ ਕਿ ਇੱਕ ਲਾਈਵ ਵਾਇਰ ਸੀ ਤੇ ਇਸ ਨੂੰ ਟੱਚ ਕਰਨ ਦੀ ਮੈਨੂੰ ਲੱਗਦਾ ਵੀ ਸ਼ਾਇਦ ਲੋੜ ਵੀ ਨਹੀਂ ਸੀ ਹਾਲਾਂਕਿ ਮੈਂ ਵੀ ਉਸੇ ਤਰੀਕੇ ਨਾਲ ਪ੍ਰੀਚ ਨਹੀਂ ਕਰਨਾ ਚਾਹੁੰਦਾ ਕਿ ਤੁਸੀਂ ਕੀ ਦਿਖਾਣਾ ਕੀ ਨਹੀਂ ਦਿਖਾਣਾ ਲੇਕਿਨ ਫੈਕਟ ਆਫ ਦਾ ਮੈਟਰ ਹੈ ਕਿ ਇਸ ਗਾਣੇ ਦੇ ਵਿੱਚ ਇੱਕ ਤਰਫਾ ਆਸਪੈਕਟ ਜਿਹੜਾ ਹੈ ਬਲਵਿੰਦਰ ਸਿੰਘ ਜਟਾਣਾ ਦਾ ਜ਼ਿਕਰ ਕਰਕੇ ਦਿਖਾਣ ਦੀ ਕੋਸ਼ਿਸ਼ ਕੀਤੀ ਗਈ ਇਹ ਤਾਂ ਦੱਸਿਆ ਗਿਆ ਕਿ ਐਸਵਾਈਐਲ ਜਾਂ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਐਸਵਾਈਐਲ ਲਹਿਰ ਨਾ ਬਣਨ ਲਈ ਬਲਵਿੰਦਰ ਸਿੰਘ ਜਟਾਣਾ ਵਰਗੇ ਲੋਕਾਂ ਦਾ ਜਿਹੜਾ ਸੰਘਰਸ਼ ਤੇ ਕੁਰਬਾਨੀ ਸੀ ਉਹ ਬੜੀ ਹੀ ਵੱਡੀ ਕੁਰਬਾਨੀ ਸੀ ਲੇਕਿਨ ਇਹ ਨਹੀਂ ਦੱਸਿਆ ਗਿਆ ਕਿ ਉਹ ਖਾੜਕੂ ਜੱਥੇਬੰਦੀ ਦੇ 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 ਇੱਕ ਕਾਰਕੂਨ ਸਨ ਏਰੀਆ ਕਮਾਂਡਰ ਬਾਬਰ ਖਾਲਸਾ ਦੇ ਉਹ ਸਨ ਯਾਨੀ ਕਿ ਬਲਵਿੰਦਰ ਸਿੰਘ ਜਟਾਣਾ ਦੀ ਗੱਲ ਕਰ ਰਹੇ ਹਾਂ ਤੇ ਉਹਨਾਂ ਨੇ ਜਿਹੜੇ ਲੋਕਾਂ ਨੂੰ ਮਾਰਿਆ ਜਾਂ ਉਹਨਾਂ ਦੀ ਜੱਥੇਬੰਦੀਆਂ ਨੇ ਐਸਵਾਈਐਲ ਦਾ ਪਾਣੀ ਰੋਕਣ ਦੇ ਨਾਂ ਉੱਤੇ ਜਿਹੜੇ ਨਜਾਇਜ਼ ਲੋਕਾਂ ਨੂੰ ਨਿਹੱਥੇ ਲੋਕਾਂ ਨੂੰ ਮਾਰਿਆ ਹੁਣ ਜਿਹੜੇ ਸੁਪਰਡੈਂਟਿੰਗ ਇੰਜੀਨੀਅਰ ਮਾਰੇ ਗਏ ਅਵਤਾਰ ਸਿੰਘ 올ਕ ਉਹਨਾਂ ਦੇ ਪਰਿਵਾਰ ਨੂੰ ਕਿਸੇ ਨੇ ਜਾ ਕੇ ਪੁੱਛਿਆ ਇੱਕਦਾ ਮੈਂ YouTube ਚੈਨਲ ਜਾਂ ਵੈਬ ਚੈਨਲ ਜ਼ਰੂਰ ਵੇਖਿਆ ਜੋ ਕਿ ਉਹਨਾਂ ਦੇ ਕਰੇ ਜਾ ਕੇ ਉਹਨਾਂ ਨੇ ਪਾਕਾਨੀ ਤਾਂ ਦੂਸਰਾ ਪੱਖ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਇਸੇ ਤਰੀਕੇ ਨਾਲ ਉਹਨਾਂ ਦੇ ਕਲੀਕਸਨ ਸੇਖੜੀ ਜਿਹੜੇ ਪ੍ਰਵਾਸੀ ਮਜ਼ਦੂਰਾਂ ਨੂੰ ਮਾਰਿਆ ਗਿਆ ਜੋ ਕਿ ਉੱਥੇ ਕੰਮ ਕਰ ਰਹੇ ਸੀ ਸਾਈਟ ਤੇ ਕੰਮ ਕਰ ਰਹੇ ਸੀ ਠੀਕ ਹੈ ਚੇਤਾਵਨੀਆਂ ਧੰਕੀਆਂ ਦਿੱਤੀਆਂ ਜਾਂਦੀਆਂ ਸੀ ਕਿ ਤੁਸੀਂ ਕੰਮ ਕਾਜ ਰੋਕ ਦੋ ਨਹੀਂ ਤਾਂ ਬੰਦਿਆਂ ਨੂੰ ਮਾਰਾਂਗੇ ਲੇਕਿਨ ਕਿਸੇ ਵੀ ਜਾਣ ਲੈਣ ਦਾ ਜਿਹੜਾ ਅਖਤਿਆਰ ਹੈ ਹੱਕ ਹੈ ਉਹ ਕਿਸ ਨੂੰ ਮਿਲਦਾ ਹੈ ਵਜਾਹਾਂ ਤਾਂ ਫਿਰ ਸਬਕਲ ਹੋ ਸਕਦੀਆਂ ਨੇ ਐ ਤਾਂ ਫਿਰ ਬੋਲਦੀ ਵਿਰਾਡਕੁਲ ਵੀ ਬਹੁਤ ਬਜਾਹ ਹੋ ਸਕਦੀਆਂ ਨੇ ਜਾਂ ਕਿਸੇ ਕੋਲ ਵੀ ਬਜਾਹ ਕਾਰਨ ਜਿਹੜੇ ਹੈਗੇ ਨੇ ਉਹਨਾਂ ਨੂੰ ਆਪਾਂ ਕ੍ਰੀਏਟ ਕਰ ਸਕਦੇ ਆ ਲੇਕਿਨ ਇਸ ਗੀਤ ਦੇ ਵਿੱਚ ਜਿਹੜਾ ਬਲਵਿੰਦਰ ਸਿੰਘ ਜਟਾਣਾ ਦਾ ਜ਼ਿਕਰ ਸੀ ਇਹ ਮੇਰੇ ਹਿਸਾਬ ਦੇ ਨਾਲ ਵੀ ਇੱਕ ਇਤਰਾਜ਼ਯੋਗ ਪੱਖ ਸੀ ਕਿਉਂਕਿ गाने ਦੇ ਵਿੱਚ ਉਹਨਾਂ ਦੇ ਜ਼ਿਕਰ ਦੇ ਵਿੱਚ ਕੋਈ ਦਿੱਕਤ ਨਹੀਂ ਸੀ ਲੇਕਿਨ ਬਿਹਤਰ ਹੁੰਦਾ ਕਿ ਉਹਨੂੰ ਸਿਰਫ ਉਹਦਾ ਇੱਕ ਪੱਖ ਦਿਖਾਉਣ ਦੀ ਬਜਾਏ ਉਸਨੂੰ ਥੋੜਾ ਜਿਹਾ ਬੈਲੈਂਸ ਆਊਟ ਕੀਤਾ ਜਾਂਦਾ ਕਿਉਂਕਿ ਇੱਥੇ ਇੱਕ ਬਹੁਤ ਜਿਹਨੂੰ ਕਹਿੰਦੇ ਕਿ ਸਟਰਲ ਲਾਈਨ ਹੁੰਦੀ ਹੈ ਇੱਕ ਬਹੁਤ ਹੀ ਬਾਰੀਕ ਲਾਈਨ ਹੈ ਜਿਸਨੂੰ ਤੁਸੀਂ ਕਰਾਸ ਕਦੋਂ ਕਰਦੇ ਹੋ ਤੁਹਾਨੂੰ ਪਤਾ ਨਹੀਂ ਲੱਗਦਾ ਤੇ ਇਹੀ ਲਾਈਨ ਸ਼ਾਇਦ ਇਸ ਗਾਣੇ ਦੇ ਵਿੱਚ ਕਰਾਸ ਹੋਈ ਹਾਲਾਂਕਿ ਇਹ ਵੀ ਕੋਈ ਜਸਟੀਫਿਕੇਸ਼ਨ ਨਹੀਂ ਹੈ YouTube ਤੇ ਗਾਣਾ ਹਟਾਉਣ ਦੀ ਮੈਂ ਬਿਲਕੁਲ ਇਸ ਚੀਜ਼ ਦੀ ਮੁਖਾਲਫਤ ਕਰਦਾ ਹਾਂ ਲੇਕਿਨ ਇੱਕ ਫੈਕਟ ਹੈ ਕਿ ਬਲਵਿੰਦਰ ਸਿੰਘ ਜਟਾਣਾ ਨੂੰ ਗਲੋਰੀਫਾਈ ਕੀਤਾ ਗਿਆ ਹੁਣ ਤੁਸੀਂ ਇਹ ਵੇਖੋ ਕਿ ਉਸਦਾ ਇਫੈ ਬਲਵਿੰਦਰ ਸਿੰਘ ਜਟਾਣਾ ਦਾ ਜ਼ਿਕਰ ਆਉਂਦਿਆਂ ਹੀ ਸਾਡੇ ਪੰਜਾਬ ਦੇ ਜਿਹੜੇ तमाम ਵੈਬ ਚੈਨਲ ਹੈਗੇ ਨੇ YouTube ਚੈਨਲ ਨੇ ਉਹ ਭਜਦੇ ਨੇ ਕਿੱਧਰ ਭਜਦੇ ਨੇ ਰੋਪੜ ਦਾ ਰੁਖ ਕਰਦੇ ਨੇ ਯਾਨੀ ਕਿ ਰੋਪੜ ਜ਼ਿਲ੍ਹਾ ਜਿੱਥੋਂ ਦੇ ਪਿੰਡ ਜਟਾਣਾ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਜਟਾਣਾ ਸਨ ਜਿਨ੍ਹਾਂ ਦਾ ਪੂਰਾ ਦਾ ਪੂਰਾ ਪਰਿਵਾਰ ਸਾੜਤਾ ਗਿਆ ਸੀ ਉਹ ਕਿੱਡੀ ਘਿਣਾਉਣੀ ਹਰਕਤ ਸੀ ਸੁਮੇਤ ਸਿੰਘ ਸੈਣੀ ਜਿਹੜੇ ਉਸ ਵਕਤ ਐਸਐਸਪੀ ਚੰਡੀਗੜ੍ਹ ਹੁੰਦੇ ਸੀ ਉਹਨਾਂ ਉੱਤੇ ਇੱਕ ਬੰਬ ਧਮਾਕਾ ਕਰਾਇਆ ਜਾਂਦਾ ਹੈ ਸੈਕਟਰ 17 ਦੇ ਵਿੱਚ ਮੈਂ ਅਲੱਗ-ਅਲੱਗ ਰਿਪੋਰਟਸ ਬਣਾਈਆਂ ਨੇ ਉਸ ਬੰਬ ਧਮਾਕੇ ਦੀ ਪੂਰੀ ਕਹਾਣੀ ਹਾਲਾਂਕਿ ਮੈਂ ਬਲਵਿੰਦਰ ਸਿੰਘ ਜਟਾਣਾ ਤੇ ਉਸਦੇ ਪਰਿਵਾਰ ਦੇ ਨਾਲ ਜੋ ਕੁਝ ਹੋਇਆ ਨਾਟ ਬਲਵਿੰਦਰ ਸਿੰਘ ਜਟਾਣਾ ਬਲਕਿ ਉਸਦੇ ਪਰਿਵਾਰ ਦੇ ਨਾਲ ਜਿਹੜੀ ਵਧੀਕੀ ਹੋਈ ਜੋ ਤਸ਼ੱਦਦ ਇਸ ਪਰਿਵਾਰ ਦੇ ਉੱਤੇ ਢਾਈ ਗਈ ਬਜ਼ੁਰਗਾਂ ਤੋਂ ਲੈ ਕੇ ਛੋਟੇ-ਛੋਟੇ ਬੱਚਿਆਂ ਤੱਕ ਨੂੰ ਜੂੰਦਾ ਸਾੜਤਾ ਗਿਆ ਅਜੀਤ ਸਿੰਘ ਪੂਲਾ ਜੋ ਕਿ ਸੁਮੇਤ ਸਿੰਘ ਸੈਣੀ ਦਾ ਬਹੁਤ ਹੀ ਖਾਸ ਖਾਸ ਇੱਕ ਕੈਟ ਸੀ ਇਸ ਦਾ ਅੰਡਰ ਉਸ ਰਿਪੋਰਟ ਨੂੰ ਮੈਂ ਵੀ ਰਿਪੋਰਟ ਕਰਨਾ ਚਾਹੁੰਦਾ ਸੀ ਲੇਕਿਨ ਜਦੋਂ ਮੈਂ ਉਸਦੀ ਗਹਿਰਾਈ ਦੇ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਮੈਨੂੰ ਕੁਝ ਡਾਕੂਮੈਂਟ ਨਹੀਂ ਲੱਭ ਪਾਰੇ ਸੀ ਕਿਉਂਕਿ ਮੇਰੇ ਲਈ ਹੈਰਾਨੀ ਦੀ ਗੱਲ ਇਹ ਸੀ ਕਿ ਐਨੇ ਸਾਲ ਬੀਤ ਜਾਣ ਤੋਂ ਬਾਅਦ ਇਸ ਕੇਸ ਦੇ ਵਿੱਚ ਯਾਨੀ ਕਿ ਜਟਾਣਾ ਦੇ ਵਿੱਚ ਜਿਹੜੀ ਘਟਨਾ ਹੋਈ ਪਿੰਡ ਦੇ ਵਿੱਚ ਬਲਵਿੰਦਰ ਸਿੰਘ ਜਟਾਣੇ ਦੇ ਪਰਿਵਾਰ ਦੇ ਨਾਲ ਜੋ ਤਸ਼ੱਦਦ ਹੋਈ ਉਸ ਦੇ ਉੱਤੇ ਇੱਕ ਐਫ ਆਈ ਆਰ ਤੱਕ ਸ਼ਾਇਦ ਉਸ ਵਕਤ ਦਰਜ ਨਹੀਂ ਕੀਤੀ ਗਈ ਸੀ ਮੈਂ ਉਸ ਰਿਪੋਰਟ ਨੂੰ ਬਣਾਉਣਾ ਚਾਹੁੰਦਾ ਸੀ ਲੇਕਿਨ ਕੁਝ ਕਾਰਨਾ ਕਰਕੇ ਨਹੀਂ ਬਣਾ ਪਾਇਆ ਕਿਉਂਕਿ ਮੈਂ ਜਿਹੜੀ ਰਿਪੋਰਟ ਬਣਾਈ ਸੀ ਅਜੀਤ ਸਿੰਘ ਪੂਲੇ ਦੀ ਤਸ਼ੱਦਦ ਦੀ ਉਹ ਸੀ ਪਿੰਡ ਖਾਨਪੁਰ ਦੀ ਜੋ ਕਿ ਬਟਾਲੇ ਦੇ ਲਾਗੇ ਇੱਕ ਪਿੰਡ ਸੀ ਉੱਥੇ ਵੀ ਇੱਕ ਪਰਿਵਾਰ ਦੇ ਕਈ ਜੀਆਂ ਨੂੰ ਤਕਰੀਬਨ ਅੱਧੇ ਦਰਜਨ ਤੋਂ ਜ਼ਿਆਦਾ ਜੀ ਸਨ ਜਿਸ ਵਿੱਚ ਛੋਟੇ-ਛੋਟੇ ਬੱਚੇ ਗਰਭਵਤੀ ਮਹਿਲਾਵਾਂ ਉਹਨਾਂ ਨੂੰ ਗੋਲੀਆਂ ਦੇ ਨਾਲ ਪੁੰਤਾ ਗਿਆ ਸੀ ਅਜੀਤ ਸਿੰਘ ਪੂਲੇ ਵੱਲੋਂ ਤੇ ਉਸਦੀ ਪੂਰੀ ਦੀ ਪੂਰੀ ਕਹਾਣੀ ਉਸ ਸੰਘਰਸ਼ ਦੀ ਮੈਂ ਆਪਣੀ ਰਿਪੋਰਟ ਦੇ ਵਿੱਚ ਦੋ ਲਗ ਲਗ 2 ਜਾਂ 3 ਰਿਪੋਰਟਾਂ ਬਣੀਆਂ ਨੇ ਉਹਨਾਂ ਦੇ ਵਿੱਚ ਬਿਆਨ ਕੀਤੀ ਸੋ ਜਟਾਣਾ ਦਾ ਐਪੀਸੋਡ ਮੈਂ ਦਿਖਾਣਾ ਜ਼ਰੂਰ ਚਾਹੁੰਦਾ ਸੀ ਲੇਕਿਨ ਮੇਰੀ ਕਹਾਣੀ ਜਟਾਣਾ ਦੇ ਪਰਿਵਾਰ ਦੇ ਨਾਲ ਤਸ਼ੱਦਦ ਉਹ ਸ਼ੁਰੂ ਹੋਣੀ ਸੀ ਜੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਤੁਹਾਡੇ ਸਾਹਮਣੇ ਸ਼ਾਇਦ ਪੇਸ਼ ਵੀ ਕਰਾਂਗਾ ਲੇਕਿਨ ਬਲਵਿੰਦਰ ਸਿੰਘ ਜਟਾਣਾ ਜਿਸ ਜਿਸ ਤਰੀਕੇ ਨਾਲ ਆਪਰੇਟ ਕਰ ਰਿਹਾ ਸੀ ਏਰੀਆ ਕਮਾਂਡਰ ਵੱਜੋਂ ਚਲੋ ਇਸ ਗੱਲ ਨੂੰ ਤਾਂ ਸਮਝਿਆ ਜਾ ਸਕਦਾ ਕਿ ਖਾਲਕੂ ਜਥੇਬੰਦੀਆਂ ਉਸ ਵਕਤ ਕਿਸੇ ਵੀ ਸੂਰਤ ਦੇ ਵਿੱਚ ਪੰਜਾਬ ਦਾ ਇੱਕ ਵੀ ਬੂੰਦ ਪਾਣੀ ਪੰਜਾਬ ਤੋਂ ਬਾਹਰ ਜਾਣ ਨਹੀਂ ਸੀ ਦੇਣੀਆਂ ਚਾਹੁੰਦੀਆਂ ਲੇਕਿਨ ਉਸ ਦੇ ਲਈ ਨਿਸ਼ਾਨਾ ਕਿਸ ਨੂੰ ਬਣਾਇਆ ਗਿਆ ਪ੍ਰਵਾਸੀ ਮਜ਼ਦੂਰਾਂ ਨੂੰ ਇੰਜੀਨੀਅਰਸ ਨੂੰ ਉਹ ਲੋਕਾਂ ਨੂੰ ਜਿਨ੍ਹਾਂ ਦਾ ਇਸ ਸਟਰਗਲ ਦੇ ਨਾਲ ਜਾਂ ਫਿਰ ਉਸ ਪੋਲਿਟিক্যাল ਮਾਹੌਲ ਦੇ ਨਾਲ ਉਹਨਾਂ ਸਿਆਸੀ ਰਾਜਸੀ ਡਿਸੀਜਨ ਜੋ ਕਿ ਉਸ ਵਕਤ ਕੇਂਦਰ ਸਰਕਾਰ ਵੱਲੋਂ ਵੀ ਲਏ ਜਾ ਰਹੇ ਸਨ 인ਦਰਾ ਗਾਂਧੀ ਨੇ ਆਪਣੇ ਦਬਾਅ ਦੇ ਹੇਠੇ ਸਭ ਕੁਝ ਐਸਵਾਈਐਲ ਲੈਂਡ ਦਾ ਜਿਹੜਾ ਟੱਕ ਸੀ ਉਹ ਲਾਇਆ ਸੀ ਉਸ ਵਕਤ ਪੰਜਾਬ ਦੀਆਂ ਹੀ ਸਰਕਾਰਾਂ ਪੰਜਾਬ ਦੇ ਮੁੱਖ ਮੰਤਰੀਆਂ ਨੇ ਗੈਨੀ ਜ਼ੈਲ ਸਿੰਘ ਵਰਗੇ ਆ ਦਰਬਾਰਾ ਸਿੰਘ ਵਰਗਿਆਂ ਨੇ ਇਹੀ ਸਟੇਜਾਂ ਤੋਂ ਚੜ੍ਹ ਚੜ੍ਹ ਕੇ ਉਸ ਸਮਾਗਮ ਦੇ ਵਿੱਚ ਜਦੋਂ ਟੱਕ ਲਾਇਆ ਗਿਆ ਸੀ ਕਪੂਰੀ ਦੇ ਵਿੱਚ ਉਸ ਦੇ ਵਿੱਚ ਭਾਸ਼ਣ ਦਿੱਤੇ ਸੀ ਜਸਟੀਫਾਈ ਕੀਤਾ ਗਿਆ ਸੀ ਕਿਸ ਤਰ੍ਹਾਂ ਜਦੋਂ ਜਦੋਂ ਨਹਿਰ ਬਣਨ ਲੱਗੀ ਸੀ ਲੇਕਿਨ ਇਹ ਸਾਰੀ ਗੱਲਾਂ ਬਾਤਾਂ ਇੱਕ ਸਿਆਸੀ ਰਾਜਸੀ ਜਿਹੜੇ ਮਾਹੌਲ ਜਾਂ ਰਾਜਸੀ ਘਟਨਾ ਚੱਕਰ ਨਾਲ ਜੁੜੀਆਂ ਸੀ ਇਸ ਲਈ ਨਿਹੱਥੇ ਲੋਕਾਂ ਨੂੰ ਮਾਰਨ ਦਾ ਕੀ ਮਤਲਬ ਸੀ ਤੇ ਉਹੋ ਜੇ ਸ਼ਖਸ ਨੂੰ ਜਾਂ ਉਹੋ ਜੇ ਖੜਕੂ ਜੇ ਆਪਾਂ ਗਲੋਰੀਫਾਈ ਕਰੀਏ ਆਪਣੀ ਰਿਪੋਰਟਸ ਦੇ ਵਿੱਚ ਮੈਂ ਆਪਣੀ ਰਿਪੋਰਟ ਦੀ ਵੀ ਗੱਲ ਕਰਨਾ ਤੇ ਜੇ ਕਿਸੇ ਵੀ ਗੀਤ ਦੇ ਵਿੱਚ ਤਾਂ ਮੈਨੂੰ ਲੱਗਦਾ ਉਹ ਚੀਜ਼ ਤਦ ਤੱਕ ਅਧੂਰੀ ਹੈ ਜਦ ਤੱਕ ਉਸ ਦਾ ਦੂਸਰਾ ਤੇ ਮਾੜਾ ਪੱਖ ਜੋ ਕਿ ਮਾੜਾ ਸੀ ਉਸ ਨੂੰ ਵੀ ਨਾ ਦਿਖਾਇਆ ਜਾਏ ਇਸ ਕੇਸ ਦੇ ਵਿੱਚ ਇੱਕਲ ਬਿਲਕੁਲ ਠੀਕ ਹੈ ਜੇ ਗਾਣਾ ਜਟਾਨਾ ਦੇ ਪਰਿਵਾਰ ਦੇ ਨਾਲ ਹੋਈ ਤਸ਼ੱਦਦ ਨੂੰ ਦੱਸ ਕੇ ਉੱਥੇ ਤੱਕ ਹੀ ਸੀਮਿਤ ਰਹਿੰਦਾ ਤਾਂ ਸ਼ਾਇਦ ਬੈਟਰ ਹੁੰਦਾ ਐਸਵਾਈਐਲ ਦੇ ਨਿਰਮਾਣ ਨੂੰ ਰੋਕਣ ਲਈ ਜਿਹੜੀਆਂ دہشتਗਰਦੀ ਵਾਰਦਾਤਾਂ ਹੋਈਆਂ ਖੜਕੂਆ ਵੱਲੋਂ ਵਾਰਦਾਤਾਂ ਕੀਤੀਆਂ ਗਈਆਂ ਉਹਨਾਂ ਨੂੰ ਜਿਸ ਤਰੀਕੇ ਨਾਲ ਜਸਟੀਫਾਈ ਥੋੜਾ ਜਿਹਾ ਹੁੰਦਾ ਹੋਇਆ ਆਪਾਂ ਇਸ ਗੀਤ ਦੇ ਵਿੱਚ ਵੇਖਿਆ ਸ਼ਾਇਦ ਉਹ ਇੱਕ ਜ਼ਿਆਦਾ ਵੱਡਾ ਕਾਰਨ ਬਣਿਆ S.Y.L ਦੇ ਉੱਤੇ ਗੀਤ ਬਣਾਉਣਾ ਸਵੈਰਨਟੀ ਦਾ ਜ਼ਿਕਰ ਕਰਨਾ ਐਡੇ ਵੱਡੇ ਇਸ਼ੂਜ਼ ਨਹੀਂ ਸਨ ਲੇਕਿਨ ਜਿਸ ਤਰੀਕੇ ਦੀ ਗਲੋਰੀਫਿਕੇਸ਼ਨ ਤੇ ਉਹਦਾ ਜਿਹੜਾ ਇੱਕ ਕਾਊਂਟਰ ਇਫੈਕਟ ਹੋਇਆ ਚੈਨਲ ਜਾ ਕੇ ਜਟਾਨਾ ਦੇ ਪਰਿਵਾਰ ਨੂੰ ਮਿਲੇ ਕੀ ਉਹਨਾਂ ਦੇ ਉੱਤੇ ਤਸ਼ੱਦਦ ਢਾਈ ਗਈ ਇਹ ਸਾਰੀਆਂ ਗੱਲਾਂ ਬਾਤਾਂ ਠੀਕ ਹੈ ਪਬਲਿਕ ਡੋਮੇਨ ਦੇ ਵਿੱਚ ਆਣੇ ਚਾਹੀਦੇ ਤੇ ਮੈਨੂੰ ਹੈਰਾਨੀ ਇਹ ਸੀ ਵੀ ਸਾਡੇ ਮੀਡੀਆ ਦੇ ਉੱਤੇ ਵੀ ਮੈਂ ਤਾਂ ਨਾ ਕਿ ਇੰਨੇ ਸਾਲਾਂ ਦੇ ਵਿੱਚ 32 33 34 ਸਾਲਾਂ ਦੇ ਵਿੱਚ ਕਿਸੇ ਨੇ ਜਾ ਕੇ ਇਹਨਾਂ ਲੋਕਾਂ ਦੀ ਸਾਰ ਨਹੀਂ ਲਈ ਮੈਂ ਅੱਜ ਤੋਂ ਇੱਕ ਸਾਲ ਤੋਂ ਵੱਧ ਹੋ ਚੁੱਕਾ ਜਿਹੜੀ ਮੈਂ ਖਾਨਪੂਰ ਪਿੰਡ ਦੀ ਸਟੋਰੀ ਬਣਾਈ ਹੈ ਜ ਇਹ ਜਟਾਣੇ ਦੇ ਪਰਿਵਾਰ ਦੇ ਉੱਤੇ ਵੀ ਅਜਿਹੀ ਸਟੋਰੀ ਬਣਨੀ ਸੀ ਲੇਕਿਨ ਕੁਝ ਕਾਰਨਾ ਕਰਕੇ ਬਣ ਨਹੀਂ ਪਾਈ ਕਿਉਂਕਿ ਮੈਂ ਕੁਝ ਫੈਕਟਸ ਜਾਨਣਾ ਚਾਹੁੰਦਾ ਸੀ ਉਹ ਫੈਕਟਸ ਪੂਰੇ ਨਹੀਂ ਸੀ ਮੈਨੂੰ ਯਾਦ ਹੈ ਉਸ ਵਕਤ ਰੋਪੜ ਦੇ ਜਿਹੜੇ ਐਸਐਸਪੀ ਸੀ ਉਹ ਸੀ ਮੁਹੰਮਦ ਮੁਸਤਾਫਾ ਜੋ ਇਹਨਾਂ ਦਿਨਾਂ ਚੀਫ ਪ੍ਰਿੰਸੀਪਲ ਐਡਵਾਈਜ਼ਰ ਬਣੇ ਹੋਏ ਸਨ ਜਾਂ ਹੈਵੀ ਨੇਸ਼ਨ ਨਵਜੋਤ ਸਿੰਘ ਸਿੱਧੂ ਦੇ ਜਦੋਂ ਕਾਂਗਰਸ ਦੇ ਪ੍ਰਧਾਨ ਸਨ ਸੋ ਮੁਹੰਮਦ ਮੁਸਤਾਫਾ ਤੇ ਸੁਮੇਸ਼ ਸਿੰਘ ਸੈਣੀ ਦਾ 36 ਦਾ ਅੰਕੜਾ ਹੋਇਆ ਕਰਦਾ ਸੀ ਤੇ ਜਦੋਂ ਐਡੀ ਵੱਡੀ ਵਾਰਦਾਤ ਸੁਮੇਸ਼ ਸਿੰਘ ਸੈਣੀ ਦੇ ਬੰਬ ਧਮਾਕੇ ਤੋਂ ਬਾਅਦ ਇੱਕ ਬਦਲੇ ਵਜੋਂ ਅਜੀ ਜਟਾਣਾ ਪਿੰਡ ਵਿੱਚ ਕਰ ਦਿੰਦਾ ਤਾਂ ਮੁਹੰਮਦ ਮੁਸਤਾਫਾ ਕਾਫੀ ਆਗੇ ਬੂਬੂਲੇ ਹੋਏ ਉਹਨਾਂ ਨੇ ਇਤਰਾਜ਼ਯੋ ਚਿੱਠੀਆਂ ਲਿਖੀਆਂ ਪੰਜਾਬ ਸਰਕਾਰ ਤੇ ਪੰਜਾਬ ਦੇ ਉਸ ਵਕਤ ਦੇ ਡੀਜੀਪੀ ਨੂੰ ਕਿਹਾ ਗਿਆ ਵੀ ਆਹ ਕੀ ਗੰਦ ਪਾਇਆ ਹੋਇਆ ਹੈਗਾ ਮੁਸਤਾਫਾ ਤੇ ਸੈਣੀ ਦੇ ਵਿੱਚ ਜਿਹੜੀ ਤਲਖੀ ਆ ਇਸ ਗੱਲਬਾਤ ਨੂੰ ਲੈ ਕੇ ਟਕਰਾਹ ਸੀ ਉਹ ਕਾਫੀ ਜ਼ਿਆਦਾ ਜਗ ظاہر ਸੀ ਤੇ ਇਸ ਵਾਰਦਾਤ ਤੋਂ ਬਾਅਦ ਤਾਂ ਮੁਹੰਮਦ ਮੁਸਤਾਫਾ ਵੀ ਕਾਫੀ ਗੁੱਸੇ ਦੇ ਵਿੱਚ ਸੀ ਲੇਕਿਨ ਉਹਨਾਂ ਦੀ ਖਾਸ ਕੁਝ ਚੱਲੀ ਨਹੀਂ ਤੇ ਇਸ ਕੇਸ ਨੂੰ ਅਸੀਂ ਰਫਾ-ਦਫਾ ਹੁੰਦੇ ਹੋਏ ਵੇਖਿਆ ਇਹ 33 ਸਾਲਾਂ ਹੈ 32 33 ਸਾਲਾਂ ਦੇ ਵਿੱਚ ਕਿਸੇ ਨੇ ਜਾ ਕੇ ਸਾਰ ਨਹੀਂ ਲਈ ਉਸ ਪਰਿਵਾਰ ਦੀ ਇਨਫੈਕਟ ਜੋ ਮੈਨੂੰ ਸਮਝ ਵਿੱਚ ਆਇਆ ਵੀ ਇੱਕ ਜਿਹੜੇ ਸਾਡੇ ਸੀਨੀਅਰ ਪੱਤਰਕਾਰ ਰਹੇ ਨੇ ਕਮਰ ਸਿੰਧੂ ਉਹਨਾਂ ਨੇ ਜਾ ਕੇ ਕੋਸ਼ਿਸ਼ ਕੀਤੀ ਜਟਾਣਾ ਉਹਨਾਂ ਦੇ ਪਰਿਵਾਰ ਨੂੰ ਮਿਲਣ ਦੀ ਸ਼ਾਇਦ 2016 15 16 ਦੇ ਆਸ-ਪਾਸ ਜਦੋਂ ਉਹਨਾਂ ਨੇ ਇੱਕ ਐਕਸਪੋਜ਼ੀ ਸੀਰੀ ਰਨ ਕੀਤੀ ਸੀ ਲੇਕਿਨ ਜਟਾਣਾ ਦਾ ਪਰਿਵਾਰ ਐਡਾ ਜ਼ਿਆਦਾ ਮਤਲਬ ਦਬਾਅ ਹੇਟ ਸੀ ਜਾਂ ਉਹਨਾਂ ਦੇ ਜਿਹੜੇ ਬਜ਼ੁਰਗ ਸੀ ਜੋ ਲੋਕ ਬਚੇ ਸਨ ਉਹਨਾਂ ਦੀ ਹਿੰਮਤ ਹੀ ਨਹੀਂ ਸੀ ਇਹਨੇ ਸਾਲਾਂ ਬਾਅਦ ਕਿਉਂਕਿ ਜੋ ਉਹਨਾਂ ਨਾਲ ਪਾਣਾ ਵਾਪਰਿਆ ਜਿਸ ਤਰੀਕੇ ਦੀ ਉਹਨਾਂ ਨਾਲ ਤਸ਼ੱਦਦ ਹੋਈ ਸੀ ਉਹਨੂੰ ਉਹ ਦੱਸਣ ਦੀ ਬਿਆਨ ਕਰਨ ਦੀ ਤੇ ਦੁਬਾਰਾ ਇੱਕ ਵਾਰ ਫੇਰ ਉਸ ਵਕਤ ਆ ਸੁਮੇਸ਼ ਸਿੰਘ ਸੈਣੀ ਸ਼ਾਇਦ ਡੀਜੀਪੀ ਵੀ ਰਹੇ ਹੋਣਗੇ 2015 ਦੇ ਵਿੱਚ ਇਹਨਾਂ ਨੂੰ ਹਟਾਇਆ ਗਿਆ ਸੋ ਉਹਨਾਂ ਦੀ ਪੋਜੀਸ਼ਨ ਨਹੀਂ ਸੀ ਕਿ ਉਹ ਕਿ ਵੱਡੇ ਮਜ਼ਬੂਤ ਪੁਲਿਸ ਅਫਸਰ ਜਿਹਨੂੰ ਕੀ ਹੁਣ ਪੰਜਾਬ ਦਾ ਡੀਜੀਪੀ ਲਾਤਾ ਗਿਆ ਉਹਦੇ ਨਾਲ ਟਕਰਾ ਸਕਣ ਟੱਕਰ ਲੈ ਸਕਣ ਉਹਦੇ ਖਿਲਾਫ ਬਿਆਨ ਦੇ ਸਕਣ ਸੋ ਇਸ ਪਰਿਵਾਰ ਨੇ ਨਾਲ ਤਾਂ ਬਹੁਤ ਮਾਰਾ ਹੋਇਆ ਉਸ ਪੱਖ ਦਾ ਲੋਕਾਂ ਦੇ ਵਿੱਚ ਆਣਾ ਬਹੁਤ ਜ਼ਰੂਰੀ ਸੀ ਇਸ ਗਾਣੇ ਨੇ ਸਿੱਧੂ ਮੂਸੇਵਾਲਾ ਹੋਣਾ ਦੇ ਗਾਣੇ SYL ਇਹਦੇ ਵਿੱਚ ਬੇਸ਼ੱਕ ਬਲਵਿੰਦਰ ਸਿੰਘ ਜਟਾਨਾ ਦਾ ਇਤਰਾਜ਼ਯੋਗ ਜਿਹੜਾ ਵਰਣਨ ਹੈ ਜਾਂ ਉਹਨਾਂ ਦੀ ਜਿਹੜੀ ਗਲੋਰੀਫਿਕੇਸ਼ਨ ਹੈ ਉਸ ਉੱਤੇ ਕੁਝ ਲੋਕਾਂ ਨੂੰ ਇਤਰਾਜ਼ ਹੋ ਸਕਦਾ ਹੈ ਤੇ ਮੈਂ ਵੀ ਉਸ ਕਾਫੀ ਹੱਦ ਤੱਕ ਇਹ ਮੰਨਦਾ ਕਿ ਇੱਕ ਤਰਫਾ ਇੱਕ ਪੇਸ਼ਕਾਰੀ ਸੀ ਲੇਕਿਨ ਐਟ ਦ ਸੇਮ ਟਾਈਮ ਇਸ ਗਾਣੇ ਨੇ ਅਵੇਅਰਨੈਸ ਵੀ ਕ੍ਰੀਏਟ ਕੀਤੀ ਹੈ ਤੇ ਘੱਟੋ ਘੱਟ ਜਟਾਨਾ ਦਾ ਉਹ ਪਰਿਵਾਰ ਜਿਹੜਾ ਹੈ ਉੱਥੇ ਜਾ ਕੇ ਮੀਡੀਆ ਨੇ ਉਹਨਾਂ ਨੂੰ ਪੁੱਛਿਆ ਮੈਂ ਆਸ ਕਰਦਾ ਕਿ ਸਿਰਫ ਖਬਰਾਂ ਤੇ ਆਪਣੀ ਟੀਆਰਪੀ ਬਦਾਨ ਲਈ ਆਪਣੇ ਵਿਊਜ਼ ਬਦਾਨ ਤਾਂ ਕਿ ਇਹ ਗੱਲਬਾਤ ਇਹਦਾ ਵੈਬ ਚੈਨਲ ਦੀ ਨਾ ਰਹਿ ਜਾਏ ਆਪਣੇ ਵੈਬ ਚੈਨਲਾਂ ਦੀ ਇਸ ਸਮਾਨਸਿਕਤਾ ਨੂੰ ਇੱਕ ਤਰਾਸ ਦੀ ਮੰਨਦਾ ਹੈ ਕਿ ਆਪਣੇ ਵਿਊ ਵਧਾਉਣ ਦੇ ਚੱਕਰ ਦੇ ਵਿੱਚ ਇੱਕ ਕਿਸੇ ਵੀ ਮੇਰਾ ਵੀ ਇਫੈਕਟ ਕੰਟੈਂਟ ਕਈ ਚੈਨਲਾਂ ਨੇ ਉਵੇਂ ਹੀ ਚੱਕ ਕੇ ਲਿਫਟ ਕਰਕੇ ਉਸ ਨੂੰ ਚਲਾਤਾ ਸੋ ਇਹ ਲੋਕ ਅੱਜ ਭੱਜੇ ਜਾ ਰਹੇ ਨੇ ਕਿਉਂਕਿ ਸਿੱਧੂ ਮੂਸੇਵਾਲਾ ਨੇ ਆਪਣੇ ਗੀਤ ਵਿੱਚ ਜ਼ਿਕਰ ਕੀਤਾ ਹੈ ਚੰਗਾ ਹੈ ਕਿ ਸਿੱਧੂ ਸਿੱਧੂ ਮੂਸੇਵਾਲਾ ਨੇ ਇੱਕ ਬਹੁਤ ਹੀ ਐਸੇ ਇਸ਼ੂਵਲ ਮੀਡੀਆ ਦਾ ਧਿਆਨ ਆਕਰਸ਼ਿਤ ਕੀਤਾ ਤਾਂ ਕਿ ਇਹ ਪਰਿਵਾਰਾਂ ਜਿਨ੍ਹਾਂ ਦੀ ਸਾਰ ਨਹੀਂ ਲਈ ਗਈ ਇਹਨਾਂ ਤੱਕ ਵੀ ਕਿਸੇ ਨੇ ਜਾ ਕੇ ਪੁੱਛਗਿੱਛ ਕੀਤੀ ਇਹਨਾਂ ਤੋਂ ਵੀ ਕਿਸੇ ਨੇ ਪੁੱਛਿਆ ਕਿ ਤੁਹਾਨੂੰ ਕੀ ਤਕਲੀਫਾਂ ਕੀ ਤੁਹਾਡੇ ਨਾਲ ਪਾਣਾ ਵਾਪਰਿਆ ਲੇਕਿਨ ਉਸ ਤੋਂ ਗਾਹਾਂ ਕੀ ਉਸ ਤੋਂ ਅੱਗੇ ਕੀ ਕੁਝ ਨਹੀਂ ਹੋਣਾ 4 ਦਿਨ ਦੀ ਚਾਨਦਨੀ ਫਿਰ ਅੰਧੇਰੀ ਰਾਤ ਇਹਨਾਂ ਪਰਿਵਾਰਾਂ ਦਾ ਸਟਰਗਲ ਤਾਂ ਉੱਥੇ ਦੀ ਉੱਥੇ ਰਹਿਣੇ ਤੇ ਆਸ ਕਰਦੇ ਕਿ ਇਸ ਕਵਰੇਜ ਦੇ ਵਿੱਚੋਂ ਜਿਹੜੀ ਜਨਰੇਟ ਹੋਈ ਸਿੱਧੂ ਮੂਸੇਵਾਲਾ ਉਹਨਾਂ ਦੇ ਇਸ ਗੀਤ SYL ਤੋਂ ਬਾਅਦ ਇਹ ਪਰਿਵਾਰਾਂ ਨੂੰ ਕੁਝ ਇਮਦਾਦ ਮਿਲੇ ਇਹਨਾਂ ਦੇ ਨਾਲ ਕੋਈ ਤਾਂ ਮੋਰਲੀ ਜਾ ਕੇ ਸਪੋਰਟ ਦਵੇ ਜਾਂ ਇਹਨਾਂ ਨੂੰ ਈਵਨ ਜੇ ਮਾਇਲੀ ਸਪੋਰਟ ਕਿਸੇ ਨੂੰ ਦੇਣ ਦੀ ਲੋੜ ਹੈਗੀ ਉਹ ਜ਼ਰੂਰ ਦਿੱਤੀ ਜਾਏ ਤੇ ਮੈਂ ਇਹ ਅਪੀਲ ਵੀ ਕਰਾਂਗਾ ਆਪਣੇ ਇਸ ਮੰਚ ਤੋਂ कि जे तो उसी कुछ करना ही है जे वाकई को ट्रिब्यूट देनी है ता अजेहे परिवारਾਂ ਦੀ ਮਦਦ ਕਰੋ ਅਜਿਹੇ ਜਿਹੜੇ ਪੀੜਤ ਪਰਿਵਾਰ ਨੇ ਜਿਨ੍ਹਾਂ ਨੇ ਦਹਾਕਿਆਂ ਤੱਕ ਅਨਸਪੀਕੇਬਲ ਜਿਸ ਨੂੰ ਕਹਿੰਦਾ ਕਿ ਨਾ ਦੱਸਣ ਯੋਗ ਤਸ਼ੱਦਦਾ ਆਪਣੇ ਪਿੰਡੇ ਤੇ ਹੰਡਾਈਆ ਆਪਣੇ ਸਾਰੇ ਦੇ ਸਾਰੇ ਜੀ ਖੋਤੇ ਉਹਨਾਂ ਦੀ ਆਪਾਂ ਗੱਲ ਜ਼ਰੂਰ ਕਰੀਏ ਉਹਨਾਂ ਦਾ ਜ਼ਿਕਰ ਹੋਣਾ ਚਾਹੀਦਾ ਹੈ ਲੇਕਿਨ ਹਾਂ ਗੀਤ ਦੇ ਵਿੱਚ ਜਿਹੜਾ ਬਲਵਿੰਦਰ ਸਿੰਘ ਜਟਾਣਾ ਦਾ ਜ਼ਿਕਰ ਸੀ ਗਲੋਰੀਫਿਕੇਸ਼ਨ ਸੀ ਤੇ ਉਸ ਕ੍ਰਿਮੀਨਲ ਐਕਟ ਦੀ ਜਿਸ ਦੇ ਤਹਿਤ ਕੀ ਮਾਈਗ੍ਰੈਂਟ ਲੇਬਰਸ ਨੂੰ ਮਾਰਿਆ ਗਿਆ ਜਿਸ ਦੇ ਤਹਿਤ ਕੀ ਇਸ ਇੰਜੀਨੀਅਰ ਨੂੰ ਮਾਰਿਆ ਜਾ ਰਿਹਾ ਸੀ ਜੇ ਆਪਾਂ ਉਸ ਨੂੰ ਜਸਟੀਫਾਈ ਕਰਾਂਗੇ ਤਾਂ ਫਿਰ ਮੈਨੂੰ ਲੱਗਦਾ ਕਿ ਉਹ ਉਹ ਮੈਂ ਉਸ ਤੋਂ ਉਸ ਤੋਂ ਐਗਰੀ ਨਹੀਂ ਕਰਦਾ ਲੇਕਿਨ ਇਹ ਮੇਰਾ ਡਿਸਐਗਰੀਮੈਂਟ ਵੀ ਮੈਨੂੰ ਜਾਂ ਕਿਸੇ ਨੂੰ ਇਹ ਹੱਕ ਨਹੀਂ ਦੇ ਦਿੰਦਾ ਕਿ ਮੈਂ ਕਹਾਂ ਕਿ ਤੁਸੀਂ ਇਹ ਗਾਣਾ YouTube ਤੋਂ ਹਟਾ ਦਿਓ ਇਸ ਗਾਣੇ ਨੂੰ ਪਬਲਿਕ ਡੋਮੇਨ ਦੇ ਵਿੱਚੋਂ ਹਟਾ ਦਿਓ ਸੋ ਮੈਨੂੰ ਲੱਗਦਾ ਹੈ ਕਿ ਭਾਰਤ ਸਰਕਾਰ ਨੂੰ ਇਸ ਚੀਜ਼ ਦੀ ਐਕਸਪਲੇਨੇਸ਼ਨ ਜ਼ਰੂਰ ਦੇਣੀ ਚਾਹੀਦੀ ਹੈ ਉਹਨਾਂ ਨੂੰ ਉਹਨਾਂ ਨੇ ਕਿਉਂ ਇਹ ਗੀਤ ਨੂੰ ਹਟਾਉਣ ਦੇ ਬਾਬਤ YouTube ਨੂੰ ਸ਼ਿਕਾਇਤ ਕੀਤੀ ਦੇ ਉਹ ਐਂਡ ਵਾਟ ਯੂ ਕਾਲ ਐਕਸਪਲੇਨੇਸ਼ਨ ਉਹਨਾਂ ਨੂੰ ਇਸ ਚੀਜ਼ ਦਾ ਇੱਕ ਸਪਸ਼ਟੀਕਰਨ ਦੇਣਾ ਚਾਹੀਦਾ ਹੈ ਉਹਨਾਂ ਨੂੰ ਇਸ ਚੀਜ਼ ਦਾ ਇੱਕ ਰੀਜ਼ਨ ਦੱਸਣਾ ਚਾਹੀਦਾ ਹੈ ਕਿ ਉਹਨਾਂ ਨੇ ਇਸ ਗੀਤ ਨੂੰ ਕਿਸ ਇਤਰਾਜ਼ ਕਾਰਨ ਕਿਸ ਕਾਰਨ ਹਟਾਇਆ ਸੀ ਇਹਦੇ ਵਿੱਚ ਕਈ ਚੀਜ਼ਾਂ ਕਈ ਇਸ਼ੂਜ਼ ਐਡਰੈਸ ਕੀਤੇ ਗਏ ਸੀ ਉਹਨਾਂ ਨੂੰ ਕਿਸ ਚੀਜ਼ ਉੱਤੇ ਆਪੱਤੀ ਸੀ ਜੇ ਕਲੈਰੀਫਿਕੇਸ਼ਨ ਆਂਦਾ ਤਾਂ ਆਪ ਮੰਨਾਂਗੇ ਕਿ ਸਰਕਾਰ ਦਾ ਜਿਹੜਾ ਐਕਸ਼ਨ ਹੈ ਉਹਦੇ ਵਿੱਚ ਕੁਝ ਰੀਜ਼ਨੇਬਿਲਿਟੀ ਹੋ ਸਕਦੀ ਹੈ ਹਾਲਾਂਕਿ ਮੈਂ ਅਜੇ ਹੀ ਕਿਸੇ ਵੀ ਸੈਂਸਰਸ਼ਿਪ ਜਾਂ ਕੈਂਚੀ ਮਾਰਨ ਦਾ ਜਿਹੜਾ ਇੱਕ ਰਵਾਜ਼ ਆ ਚੱਲ ਚੁੱਕਾ ਹੈ ਇੱਥੇ ਹਾਲਤ ਇਹ ਹੈਗੀ ਹੈ ਕਿ ਅੱਜ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਤਾਂ ਬਹੁਤ ਲੋਕਾਂ ਨੂੰ ਇਹ ਲੱਗ ਰਿਹਾ ਹੋਵੇਗਾ ਕਿ ਉਹਨਾਂ ਦੇ ਗੀਤਾਂ ਦੇ ਵਿੱਚ ਉਹਨਾਂ ਦੇ ਗੀਤਾਂ ਨੂੰ ਚੱਲੇ ਚੱਲਦੇ ਰਹਿਣ ਦਿੱਤਾ ਜਾਣਾ ਚਾਹੀਦਾ ਸੀ ਲੇਕਿਨ ਜਦੋਂ ਜਿਉਂਦੇ ਸੀ ਤਾਂ ਫਿਰ ਉਹੀ ਲੋਕ ਉਹਨਾਂ ਨੂੰ ਕੰਡੈਮ ਵੀ ਕਰਦੇ ਸੀ ਤੇ ਅੱਜ ਉਹ ਜਿਹੜੇ ਸਿੰਗਰਾਂ ਦੀ ਮੈਂ ਗੱਲ ਕਰਨਾ ਚਾਹੁੰਦਾ ਮੈਂ ਉਸ ਗਾਇਕਾ ਦੀ ਕਮਿਊਨਿਟੀ ਦੀ ਵੀ ਗੱਲ ਕਰਨਾ ਚਾਹਾਂਗਾ ਤੇ ਮੈਂ ਸਮਝਣਾ ਵੀ ਚਾਹਾਂਗਾ ਠੀਕ ਦਿਲਚਸਪ ਪਹਿਲੂ ਜੋ ਕਿ ਵੇਖਣ ਵਾਲਾ ਹੋ ਸਕਦਾ ਉਹ ਇਹ ਹੈ ਕਿ ਗਾਇਕਾ ਦੇ ਪਾਈਚਾਰੇ ਦੇ ਵਿੱਚੋਂ ਯਾਨੀ ਕਿ ਸਿੰਗਰਸ ਦੀ ਫਰੇਟਰਨਿਟੀ ਦੇ ਵਿੱਚੋਂ ਕਿੰਨੇ ਕ ਲੋਕਾਂ ਨੇ ਸਿੱਧੂ ਮੂਸੇਵਾਲਾ ਦੇ ਇਸ ਗੀਤ SYL ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲਸ ਤੋਂ ਪਲੇਟਫਾਰਮਸ ਤੋਂ ਸ਼ੇਅਰ ਕੀਤਾ ਜਾਂ ਉਸ ਨੂੰ ਲੋਕਾਂ ਦੇ ਵਿੱਚ ਹੋਰ ਡਿਸਟ੍ਰੀਬਿਊਟ ਕੀਤਾ ਪ੍ਰੋਬੇਬਲੀ ਉਹ ਇਸ ਸੋਚ ਤੋਂ ਜਾਂ ਇਸ ਜਿਹੜਾ ਗਾਣਾ ਸੀ ਉਸਦੇ ਬੋਲਾਂ ਦੇ ਵਿੱਚੋਂ ਜੋ ਕੁਝ ਨਿਕਲਦਾ ਹੈ ਜੋ ਮੈਸੇਜ ਆਂਦਾ ਹੈ ਉਸਦੇ ਨਾਲ ਹੋ ਸਕਦਾ ਇਤਫਾਕ ਰੱਖਦੇ ਹੋਣ ਹੋ ਸਕਦਾ ਇਤਫਾਕ ਨਾ ਰੱਖਦੇ ਹੋਣ ਇੱਕ ਅਲੱਗ ਵਿਸ਼ਲੇਸ਼ਣ ਦਾ ਸਬਾਬ ਹੋ ਸਕਦਾ ਹੈ ਲੇਕਿਨ ਜਿਹੜੀ ਮੈਂ ਇਸ ਰਿਪੋਰਟ ਦੇ ਵਿੱਚ ਗੱਲ ਕਹਿਣੀ ਚਾ ਰਿਹਾ ਸੀ ਆਈ ਹੋਪ ਮੈਂ ਉਸ ਚੀਜ਼ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਕਾਮਯਾਬ ਹੋਇਆ ਹਾਂ ਪਾਰ ਸਰਕਾਰ ਜਾਂ ਕਿਸੇ ਵੀ ਸਰਕਾਰ ਰਾਜ ਸਰਕਾਰ ਹੋਵੇ ਜਿਹੜੀ ਮੋਰਲ ਪਾਲਿਸੀنگ ਕਰਦੀ ਹੈ ਕਲਾਕਾਰਾਂ ਸਿੰਗਰਸ ਦੇ ਕੰਟੈਂਟ ਉੱਤੇ ਉਹਨਾਂ ਦੇ ਉਹਨਾਂ ਦੀ ਪੇਸ਼ਕਾਰੀਆਂ ਦੇ ਉੱਤੇ ਇਤਰਾਜ਼ ਜਿਤਾ ਕੇ ਇਸ ਤਰੀਕੇ ਦੇ ਕੰਟੈਂਟ ਨੂੰ ਪਲੈਟਫਾਰਮਸ ਤੋਂ ਹਟਵਾ ਦਿੰਦੀਆਂ ਨੇ ਉਹਨਾਂ ਨੂੰ ਸਮਝਣ ਦੀ ਲੋੜ ਹੈ ਕਿ ਜੇ ਕੰਟੈਂਟ ਦੇ ਵਿੱਚ ਕੁਝ ਮਾੜਾ ਹੈ ਤਾਂ ਉਸ ਨੂੰ ਲੋਕ ਖੁਦ ਬਖੁਦ ਰਿਜੈਕਟ ਕਰ ਦਣਗੇ ਇਹਨਾਂ ਨੂੰ ਇਸ ਮੋਰਲ ਪਾਲਿਸੀنگ ਦੀ ਲੋੜ ਨਹੀਂ ਹੈ ਇਸ ਤਰੀਕੇ ਦੀ ਸੈਂਸਰਸ਼ਿਪ ਨਹੀਂ ਹੋਣੀ ਚਾਹੀਦੀ ਐਟ ਦ ਸੇਮ ਇੰਪੋਰਟੈਂਟ ਟਾਈਮ ਉਸ ਗੀਤ ਦੇ ਵਿੱਚ ਵੀ ਕੁਝ ਅਜੇਹੀ ਕ੍ਰਿਟੀਕਲ ਫੌਟਲਾਈਨ ਸੀ ਜੋ ਕਿ ਮੇਰੇ ਹਿਸਾਬ ਨਾਲ ਪੂਰੀ ਗੱਲਬਾਤ ਨੂੰ ਇੱਕ ਪਾਸੇ ਚੁਕਾਉਂਦੀ ਸੀ ਤੇ ਤਾਂ ਦੂਸਰਾ ਪੱਖ ਸਾਹਮਣੇ ਨਹੀਂ ਲਿਆ ਪਾਉਂਦੀ ਸੀ ਸੋ ਇਹੀ ਗੱਲਬਾਤ ਸੀ ਜੋ ਕਿ ਅੱਜ ਮੈਂ ਕਰਨਾ ਚਾਹੁੰਦਾ ਸੀ ਕੱਲ ਇੱਕ ਹੋਰ ਰਿਪੋਰਟ ਲੈ ਕੇ ਪੇਸ਼ ਹੋਵਾਂਗਾ ਤੇ ਕੱਲ ਦੀ ਰਿਪੋਰਟ ਹਿੰਦੀ ਵਿੱਚ ਹੋਏਗੀ ਤੇ ਬੜੀ ਮਹੱਤਵਪੂਰਨ ਰਿਪੋਰਟ ਹੈ ਸ਼ਗਨ ਪ੍ਰੀਤੀ ਦੀ ਭੂਮਿਕਾ ਪੂਰੀ ਡੀਕੋਡ ਕਰਾਂਗੇ ਕੱਲ ਦੀ ਇਸ ਰਿਪੋਰਟ ਵਿੱਚ ਥੈਂਕ ਯੂ ਸੋ ਮੱਚ ਦਿਤੇਸ਼ ਲਖੀਆ ਅਨ ਪਲਕਦਾਲ ਬਣੇ ਰਹਿਣੇ